नहीं जेड़ा साड़ा नवा खड़ा चन्नी तक बारे नहीं समझते दे। लोकल कैंडीडेट हाँ कोई लोकल कैंडीडेट बन जे जी जगराओं शहर है कांग्रेस का शहर पिंड 30% वोट कांग्रेस की पक्की है वह जिन्हें सर्विसमैन पेंशनर ने ये सारे कांग्रेसी क्यों सरकार कांग्रेस नहीं दिता जो दिता होर कि दिता कौन बादल चाहिए होने बादल अच्छा क्यों अकाली दल भैन खुर कुछ नहीं करते इन्होंने ਵਧੀਆ ਕਰਦੇ ਕੰਮ ਹੈ ਕਾਂਗਰਸ ਦਾ ਜੀ ਅੱਛਾ ਕਿਉਂ ਕਾਂਗਰਸ ਨੂੰ ਵੋਟ ਕਾਂਗਰਸ ਨੇ ਬਹੁਤ ਵਧੀਆ ਕੰਮ ਕੀਤੇ ਆ ਬਿਜਲੀ ਦਾ ਆਪਣਾ ਹੋਰ ਜਿੰਨੇ ਵੀ ਕੰਮ ਕੀਤੇ ਸਾਰੇ ਵਧੀਆ ਕੀਤੇ ਆ ਉਹਨਾਂ ਨੇ ਕਾਂਗਰਸ ਕੀ ਕਾਰਨ ਕਾਂਗਰਸ ਨੂੰ ਵੋਟ ਕਾਂਗਰਸ ਦਾ ਚੰਨੀ ਨੇ ਜਿਹੜੇ ਕੰਮ ਕਰਤੇ ਇਹ ਬਹੁਤ ਵਧੀਆ ਕਰਤੇ ਅੱਛਾ ਆ ਜਿਹੜਾ ਪਿਛਲੇ 100 ਦਿਨ ਦੇ ਵਿੱਚ 111 ਦਿਨਾਂ ਵਿੱਚ ਹਾਂਜੀ ਆਈ ਅਸੀਂ ਕਿਸੇ ਪੋਲੀਟੀਕਲ ਪਾਰਟੀ ਦਾ ਤਾਲੁਕ ਰੱਖਦੇ ਆ ਠੀਕ ਹੈ ਪਰ ਇਧਰ ਗੱਲਾਂ ਬਾਤਾਂ ਤੇ ਹੁੰਦੀਆਂ ਹੋਣਗੀਆਂ ਕਿਹੜੀ ਪਾਰਟੀ ਦੀ ਟੱਕਰ ਲੱਗਦੀ ਹੈ ਸਾਨੂੰ ਕਿਸੇ ਦੀ ਕੋਈ ਟੱਕਰ ਨਹੀਂ ਲੱਗਦੀ ਅਸੀਂ ਤਾਂ ਆਪਣੀ ਯਾਰ ਨੋਟਾ ਦਾ ਬਟਨ ਦਬਾ ਕੇ ਆ ਜਾਣਾ ਨੋਟਾ ਦਾ ਹਾਂਜੀ ਹਾਂਜੀ ਕਿਉਂ ਪਸੰਦ ਨਹੀਂ ਹੈ ਇਹਨਾਂ ਚੋਂ ਕੋਈ ਕੈਂਡੀਡੇਟ ਨਹੀਂ ਜੀ ਕਾਂਗਰਸ ਜਿਆਦਾ ਹੈ ਕਾਂਗਰਸ ਦਾ 3 ਸਾਲ ਦਾ ਲਾਇਸੈਂਸ ਹੁੰਦਾ ਸੀ ਪਹਿਲਾਂ ਚੰਨੀ ਨੇ 5 ਸਾਲ ਦਾ ਕਰਤਾ ਰੀਨਿਊ ਨਹੀਂ ਕਰਾਉਣਾ ਹਾਂ ਨਿਊ 5 ਸਾਲ ਦਾ ਕਰਤਾ ਕਿਸੇ ਨੇ ਹੋਰ ਹਜੇ ਤੱਕ ਉਹ 3 ਸਾਲ ਤੋਂ 5 ਸਾਲ ਦਾ ਨਹੀਂ ਸੀ ਕੀਤਾ ਸਾਡੇ ਲਈ ਚੰਨੀ ਪਰਸਨਲ ਤੌਰ ਤੇ ਚੰਨੀ ਨੂੰ ਪਸੰਦ ਕਰਦੇ ਹੋ ਹਾਂ ਚੱਲ ਕਰਦੇ ਹਾਂ ਠੀਕ ਹੈ ਥੈਂਕ ਯੂ ਅਸੀਂ ਹਾਂ ਹਾਂ ਅਸੀਂ ਕਾਡੀ ਨਾ ਕਾਡੀ ਦਲ ਨਾ ਆੜੇ ਅੱਛਾ ਕਾਲੀ ਦਲ ਨਾ ਹਾਂਜੀ ਹਾਂਜੀ ਕਿਉਂ ਯਾਰ ਕੀ ਦਾ ਇਹਦੇ ਵਾਲੇ ਬੜਾ ਦੱਸਦੇ ਆ ਝਾੜੂ ਵਾਲ ਹਾਂ ਅੱਛਾ ਇੱਕ ਇਹ ਕਾਲੀ ਦਲ ਵਾਲ ਤੁਸੀਂ ਝਾੜੂ ਵਾਲ ਗੱਲ ਬਣ ਗਈ ਆ ਅੱਛਾ ਇੱਕੋ ਪਿੰਡ ਦੇ ਹੋ ਤੁਸੀਂ ਹਾਂਜੀ ਹਾਂਜੀ ਇੱਕੋ ਹੀ ਗਵਾਂਡ ਆ ਅੱਛਾ ਗਵਾਂਡ ਆ ਆਹੋ ਕਿਵੇਂ ਦੇਖਦੇ ਹੋ ਤੁਹਾਡੇ ਤੇ ਪਿੰਡ ਦੀ ਧੀ ਜਿਹੜੀ ਹੈ ਉਹ ਐਮਐਲਏ ਰਹੀ ਪਿਛਲੇ 5 ਸਾਲ ਕਿਵੇਂ ਦਾ ਰਿਹਾ ਤਜਰਬਾ ਪਿਛਲੇ 5 ਸਾਲ ਉਹਨੇ ਜਣੀ ਕੋਈ ਕੰਮ ਤਾਂ ਜੇ ਕਰਿਆ ਨਹੀਂਗਾ ਤੇ ਉਹਦਾ ਜ਼ੋਰ ਹੈ ਨਹੀਂ ਸੀ ਉੱਪਰ ਠੀਕ ਆ ਵੋਟਾਂ ਉਹਦੇ ਕੰਨੀ ਵੀ ਪੈਂਦੀਆਂ ਤਾਂ ਇਹ ਜੀ ਕੋਈ ਗੱਲ ਨਹੀਂ ਤੇ ਸਾਨੂੰ ਉਮੀਦ ਪੂਰੀ ਹੈ ਵੀ ਇੱਥੇ ਇਸ ਵਾਰ ਝਾੜੂ ਵਾਰ ਜਿੱਤਣਗੇ ਤੇ ਸਾਡੇ ਪਿੰਡ ਦੀ ਹੈਗੀ ਆ ਤੇ ਆਹ ਇੱਕ ਸਾਡਾ ਮੇਨ ਮਸਲਾ ਹੈ ਟੋਬੇ ਦਾ ਵਾ ਆਹ ਪਿੰਡ ਦੇ ਟੋਬੇ ਦਾ ਮਸਲਾ ਤੁਹਾਡੇ ਪਿੰਡ ਦਾ ਹੀ ਐਮਐਲਏ ਫਿਰ ਵੀ ਨਹੀਂ ਸੋਲਵ ਹੋਇਆ ਉਹ ਫਿਰ ਗ੍ਰਾਂਟ ਨਹੀਂ ਨਾ ਪਿੱਛੋਂ ਆ ਰਹੀ ਕੀ ਕਰੇ ਕੋ ਵੀ ਕੀ ਕਰੂਗੀ ਝਾੜੂ ਦੀ ਤੇ ਕਾਲੀ ਦੀ ਝਾੜੂ ਦੀ ਤੇ ਕਾਲੀ ਹਾਂਜੀ ਠੀਕ ਹੈ ਦੋਵਾਂ ਚ ਭਾਰਾ ਕਿਹੜਾ ਲੱਗਦਾ ਸਾਨੂੰ ਤਾਂ ਹਜੇ ਸਾਡੇ ਪਿੰਡ ਦਾ ਕਾਲੀ ਭਾਰੇ ਲੱਗਦੇ ਆ ਕਾਲੀ ਭਾਰੇ ਲੱਗਦਾ ਹਾਂਜੀ ਇਹਦੇ ਮਾਣੂਕੇ ਪਿੰਡ ਮਾਣੂਕੇ ਦਾ ਹਾਂਜੀ ਮਾਣੂਕੇ 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 ਚ ਮਾਣੂਕੇ ਨਹੀਂ ਭਾਰੀ ਹੈ ਹਾਂਜੀ ਮਾਣੂ ਕਾਰਨ ਉਹਨੇ ਆਇਆ ਹੀ ਨਹੀਂ ਕੰਮ ਹੀ ਨਹੀਂ ਕਰਿਆ ਕੋਈ ਸਾਡੇ ਅੱਛਾ ਪਿੰਡ ਦਾ ਹੀ ਕੰਮ ਨਹੀਂ ਕੀਤਾ ਨਾ ਆਈ ਨਹੀਂ ਜਮੇ ਨਾ ਕਿਸੇ ਦੇ ਮਹਿਸੂਸ ਕਰਨ ਨਾ ਖੁਸ਼ੀ ਜੀ ਨਾ ਗਮੀ ਚ ਉਹ ਤੇ ਆਂਦੇ ਸੀ ਪੂਰਾ ਪੰਜਾਬ ਬਦਲਣਾ ਤੇ ਆਪਦਾ ਹਲਕਾ ਤੇ ਉਹਨਾਂ ਦਾ ਉਹ ਤੋਂ ਆਪ ਨੂੰ ਨਹੀਂ ਕਿਹਾ ਪੰਜਾਬ ਨੂੰ ਕਿਵੇਂ ਬਦਲ ਲੈਣਗੇ ਆਪਦਾ ਪਿੰਡ ਨਹੀਂ ਬਦਲਿਆ ਗਿਆ ਪਿੰਡ ਦੀ ਸਾਡੀ ਧੀ ਆ ਉਹ ਸਰਬਜੀਤ ਇੱਥੋਂ ਦੀ ਹੈ ਤੁਹਾਡਾ ਸਾਰਿਆਂ ਦਾ ਰੁਝਾਨ ਅਕਾਲੀ ਦਲ ਵੱਲ ਕਿਉਂ ਆ ਕੀ ਕਾਰਨ ਤੁਹਾਡੀ ਪਿੰਡ ਦੀ ਨਹੀਂ ਜੇ ਦੇਖੋ ਸਾਨੂੰ 1 ਕਰੋੜ ਰੁਪਈਆ ਉਹਨੇ ਭੇਜਿਆ ਆ ਸੀਵਰੇਜ ਪਾਇਆ ਸਾਡਾ ਉਹ ਮੱਲੇ ਵਾਲੀ ਸੇਵ ਚ ਹਸਪਤਾਲ ਦਿੱਤਾ ਹੈ ਆਹ ਕੀ ਇਹਨੂੰ ਕਹਿੰਦੇ ਆ ਸਾਂਝ ਕੇਂਦਰ ਇਹ ਲਿਆ ਕੇ ਦਿੱਤਾ ਸਾਨੂੰ ਤੇ ਆਹ ਗੱਲ ਆ ਕੀ ਮਾਹੌਲ ਆ ਇੱਧਰ ਤੁਹਾਡੇ ਪਿੰਡ ਦਾ ਸਾਡਾ ਤਾਂ ਅਕਾਲੀਆਂ ਲਈ ਆ ਸਾਰਾ ਝਾੜੂ ਨੂੰ ਕਿਉਂ ਵੋਟ ਕਰ ਰਹੇ ਹੋ ਹੈ ਝਾੜੂ ਵਧੀਆ ਬੰਦਾ ਕਿੰਨਾ ਕੰਮ ਕਰੇ ਆ ਤੁਹਾਡੇ ਤੇ ਇਹਨਾਂ ਨੇ ਕੀ ਕਰਿਆ ਕਦੋਂ ਦੇ ਬਣਦੇ ਆ ਇਹ ਕਾਂਗਰਸੀ ਤੇ ਹੈ ਤੀਜੀ ਪਾਰਟੀ ਆ ਉਹ ਕੁਛ ਕਰੂਗੀ ਤੁਸੀਂ ਪਿਛਲੇ ਵਾਰ ਵੀ ਚੇਂਜ ਕੀਤਾ ਸੀ ਤੁਹਾਡੇ ਇੱਥੋਂ ਦੀ ਧੀ ਮਾਣੂਕੇ ਨੇ ਇਸ ਵਾਰ ਐਮਐਲਏ ਤੇ ਕੀ ਵਿਕਾਸ ਹੋਇਆ ਪਿਛਲੇ 5 ਸਾਲ 'ਚ ਕਿ ਨਹੀਂ ਹੋਇਆ ਵਿਕਾਸ ਇਹ ਕੀ ਕਰਦੀ ਜਦੋਂ ਇਹਦੇ ਹੱਥ 'ਚ ਹੀ ਕੁਛ ਨਹੀਂ ਸੀ ਇਹ ਤਾਂ ਇੱਕ ਐਮਐਲਏ ਦੇ ਤੌਰ ਤੇ ਜੋ ਕਰ ਸਕਦੇ ਸੀ ਕੀਤਾ ਉਹਨਾਂ ਜਿੰਨਾ ਕੁ ਹੋਇਆ ਉਹਨਾਂ ਕੁ ਕਰਿਆ ਵੀ ਸਾਡਾ ਤਾਂ ਵੀ ਅਕਾਲੀ ਦਲ ਨੂੰ ਪਹਿਲਾਂ ਵੀ ਪਾਉਂਦੇ ਅੱਗੇ ਵੀ ਹੁਣ ਵੀ ਕੀ ਕਾਰਨ ਅਕਾਲੀ ਦਲ ਨੂੰ ਉਹ ਠੀਕ ਆ ਉਹਨਾਂ ਨੇ ਕੰਮ ਅੱਗੇ ਬਹੁਤ ਕੀਤੇ ਤੁਹਾਡਾ ਅਸੀਂ ਇਹ ਕਾਂਗਰਸ ਨੂੰ ਪਾਉਂਦੇ ਫਿਲਹਾਲ ਹਾਂਜੀ ਸ਼ੁਰੂ ਕਿਉਂ ਕਾਂਗਰਸ ਨੂੰ ਇਹ ਬਜ਼ੁਰਗ ਪਾਉਂਦੇ ਸੀ ਅਸੀਂ ਵੀ ਨਾਮ ਮਗਰ ਲੱਗ ਗਏ ਬਸ ਪਹਿਲਾਂ ਤੁਸੀਂ ਅਸੀਂ ਵੀ ਉਵੇਂ ਹੀ ਕਾਲੀਆਂ ਨਹੀਂ ਪਾਈ ਪਹਿਲੇ ਤੋਂ ਲਾ ਪਿਆ ਤੁਹਾਡੇ 75 ਸਾਲਾਂ 'ਚ ਇਹਨਾਂ ਨੇ ਬਖਸ਼ਿਆ ਨਹੀਂ ਮੁਲਕ ਪੰਜਾਬ ਨੂੰ ਤੇ ਲੁੱਟਿਆ ਹੀ ਆ ਕਿ 31,000 ਕਰੋੜ ਦਾ ਜਿਹੜਾ ਜਿਹੜਾ ਹੈਗਾ ਦੇ ਸਾਲ ਤੇ 31,00,000 ਦਾ ਕਿੰਨੇ ਦਾ ਜਿਹੜਾ ਕਰਜ਼ਾ ਉਹ ਸਾਡੇ ਸਿਰ 'ਤੇ ਇਹਨਾਂ ਨੇ ਚੜਵਾਇਆ ਹੁਣ ਲੋਕਾਂ ਦੀ ਸੋਚ ਬਣਦੀ ਜਾਂਦੀ ਹੈ ਵੀ ਯਾਰ ਵੀ ਇੱਕ ਮੌਕਾ ਇਹਨਾਂ ਨੂੰ ਵੀ ਦੇ ਕੇ ਦੇਖੋ ਅਤੇ ਜਦ ਕਿ ਦੋਨਾਂ ਦਾ ਜ਼ੋਰ ਇਸ ਗੱਲ 'ਤੇ ਲੱਗਿਆ ਹੋਇਆ ਅਕਾਲੀਆਂ ਦਾ ਕਾਂਗਰਸ ਦਾ ਵੀ ਇਹ ਨਾ ਆ ਜਾਣ ਵੀ ਇਹ ਦੋਹਾਂ 'ਚੋਂ ਸਾਡੇ ਜਿਹੜਾ ਮਰਜ਼ੀ ਆ ਜਾਵੇ ਕਿਉਂਕਿ
ਤੌਰ ਤੇ ਪੁੱਛਾਂ, ਪਿਛਲੇ ਵਾਰ ਤੁਸੀਂ ਮਾਣੂਕੇ ਨੂੰ ਮੌਕਾ ਦਿੱਤਾ ਸੀਗਾ, ਪਿਛਲੇ 5 ਸਾਲ ਦਾ ਤਜਰਬਾ ਤੁਹਾਡਾ ਕਿਵੇਂ ਦਾ ਰਿਹਾ? ਮਾਣੂਕੇ ਵਾਲੀ ਦੀ ਗੱਲ, ਉਹਦੇ 'ਤੇ ਇਤਰਾਜ਼ ਨਹੀਂ ਕੀਤਾ ਜਾ ਸਕਦਾ, ਕਿਉਂਕਿ ਉਹ ਰੂਲਿੰਗ 'ਚ ਨਹੀਂ ਸੀ, ਉਹਦੀ ਸਰਕਾਰ ਨਹੀਂ ਸੀ, ਨਾ ਉਹ ਸੈਂਟਰ 'ਚ ਨਾ ਥੱਲੇ, ਇਸ ਕਰਕੇ ਉਹ ਜਿੰਨੇ ਜੋਗੀ ਸੀਗੀ ਧਰਨੇ ਬਜਾਰੇ ਉਹਨੇ ਕੀਤੇ। ਲੋਕ ਚਾਹੁੰਦੇ ਸੀਗੇ ਵੀ ਸਾਡਾ ਆਪਦਾ ਉਹ ਕੰਮ ਹੋਣ ਸਾਰੇ, ਪਰ ਕਿਸੇ ਦੇ ਹੁੰਦੇ ਆ, ਕਿਸੇ ਦੇ ਨਹੀਂ ਹੁੰਦੇ ਹੈਗੇ ਕੰਮ, ਤਾਂ ਸਾਰੇ ਰੋਂਦੇ ਆ, ਵੋਟਾਂ ਦੇ ਵੇਲੇ ਕੰਮ ਕਹਿ ਦਿੰਦੇ ਆ ਸਾਰੇ ਕਹਿ ਦਿੰਦੇ। ਜੇਕਰ ਤੁਹਾਡੇ ਤੋਂ ਮੈਂ ਪਰਸਨਲ ਤੌਰ ਤੇ ਸਵਾਲ ਕਰਾਂ, ਰਸੋਈ ਬਾਰੇ ਤੁਹਾਡਾ ਕੀ ਖਿਆਲ ਆ? ਪਹਿਲਾਂ ਨਾਲੋਂ ਕਿੰਨੀ ਕੁ ਮਹਿੰਗੀ ਹੋਈ ਰਸੋਈ? ਉਹ ਤਾਂ ਤੁਹਾਨੂੰ ਵੀ ਪਤਾ ਕਿੰਨੀ ਮਹਿੰਗੀ ਹੋਈ ਆ, ਆਮ ਜਨਤਾ ਦਾ ਤਾਂ ਬਹੁਤ ਬੁਰਾ ਹਾਲ ਆ। ਠੀਕ ਆ, ਮੰਨਦੇ ਆ ਜਿਹੜੇ ਕਮਾਉਂਦੇ ਆ, ਠੀਕ ਆ, ਪਰ ਜਿਹੜੇ ਗਰੀਬ ਲੋਕ ਆ ਉਹਨਾਂ ਨੂੰ ਕਿੰਨਾ ਔਖਾ ਹੁੰਦਾ ਵਾ। ਮਹਿਲਾਵਾਂ ਨੂੰ ਲੈ ਕੇ ਕਈ ਵਾਅਦੇ ਕੀਤੇ ਨੇ ਕੇਜਰੀਵਾਲ ਹੋਣਾ ਨੇ ਵੀ ਕੀਤੇ, ਉਧਰ ਸਿੱਧੂ ਨੇ ਵੀ ਕਈ ਵਾਅਦੇ ਕਿਹਾ, ਉਹਨਾਂ ਨੇ ਕਿਹਾ ਆਪਣੇ ਸਾਰੇ ਆ, ਜਦੋਂ ਪੂਰੇ ਕਰਨਗੇ ਉਦੋਂ ਹੀ ਪਤਾ ਲੱਗੂਗਾ ਨਾ। ਉਹਨਾਂ ਪੋਲਰਾਈਜੇਸ਼ਨ ਤੇ ਹੋਊਗਾ ਨਾ ਵੋਟਾਂ ਦਾ, ਵੋਟਾਂ 'ਚ ਕਿੰਨਾ ਕਨਵਰਟ ਹੋਊਗਾ ਇਸ ਚੀਜ਼ ਨੂੰ ਕਿਵੇਂ? ਦੇਖੋ, ਲਾਲਚ ਨੂੰ ਤਾਂ ਸਾਰੀ ਪਾ ਹੀ ਦਿੰਦੇ, ਸਾਰਿਆਂ ਨੂੰ ਆਸ ਤਾਂ ਹਰੇਕ ਨੂੰ ਹੁੰਦੀ ਆ, ਆਪਾਂ ਕੋਈ ਕੰਮ ਕੋਈ ਆਉਂਦਾ ਆਪਾਂ ਨੂੰ ਵੀ ਸਾਡਾ ਕੰਮ ਕਰੂਗਾ। ਵੋਟਾਂ ਦੇ ਵਿੱਚ ਇਹ ਆ, ਹੁਣ ਆਪਾਂ ਅੰਦਾਜ਼ਾ ਲਾ ਨਹੀਂ ਸਕਦੇ, ਕਿਉਂ ਨੇੜੇ ਆ ਕੇ ਉਹਨਾਂ ਨੇ ਪਤਾ ਕੀ ਕਰਨਾ, ਸ਼ਰਾਬਾਂ ਛੱਡਤੀਆਂ, ਡੋਡੇ ਪੁੱਕੀ ਸੜਤੀ, ਚਿੱਟਾ ਸੜਤਾ, ਲੋਕਾਂ ਨੂੰ ਗੁੰਮਰਾਹ ਕਰ ਲਿਆ। ਬਾਂਦਰਾਂ ਨੂੰ ਖਿੱਲਾਂ ਵਾਲੀ ਗੱਲ ਆ, ਜਦੋਂ ਲੋਕਾਂ ਨੂੰ ਸੜਤਾ ਨਾ ਸਮਾਨ, ਪੈਸਾ ਜਿਹੜਾ ਪੈਸਾ ਵੱਡੇ ਵੱਡਿਆਂ ਦੇ ਮੁੱਖ ਮੋੜ ਦਿੰਦਾ ਨਾ, ਉੱਥੇ ਫਿਰ ਕੈਂਡੀਡੇਟ ਮਤਲਬ ਕੀ ਕਰੂਗਾ, ਵੋਟਰ ਕੀ ਕਰੂਗਾ? ਨਹੀਂ ਆਪਾਂ ਹੀ ਆ, ਆਪਾਂ ਨੂੰ 10 ਰੁਪਈਏ ਦਿਹਾੜੀ ਮਿਲਦੀ ਆ, ਹੈ ਨਾ। ਮੈਂ ਤੁਹਾਨੂੰ ਆ ਕੇ ਕਹਿਤਾ ਵੀ ਮੈਂ ਤੁਹਾਨੂੰ ਸ਼ਾਮ ਨੂੰ 1000 ਰੁਪਈਆ ਦਿਹਾੜੀ ਦਿੰਦਾ, ਤੂੰ 10 ਵਾਲੀ ਤੋਂ ਕਹਿੰਦੀ ਜਾਵੇਂਗਾ ਜਾਂ 1000 ਵਾਲੇ? ਉੱਥੇ ਉਹ ਭਵਿੱਖ ਖਰਾਬ ਕਰਦੇ ਆ ਦੁਨੀਆ ਦਾ, ਭਵਿੱਖ ਕਿਵੇਂ? ਅੱਜ 4 ਦਿਨ ਉਹਨੂੰ ਖਵਾ ਦੇਣਾ, ਸ਼ਰਾਬਾਂ ਪਿਆਤੀਆਂ, ਮਗਰੋਂ ਕੌਣ ਦਊ ਉਹਨੂੰ? ਉਹਦੀ ਲਾਈਫ ਖਰਾਬ ਕਰਦੇ ਆ ਨਾ, ਕੋਈ ਵੀ ਪਾਰਟੀ ਇਹ ਸਾਰੇ ਖਰਾਬ ਕਰਦੇ ਆ। ਹੁਣ ਇਹ ਜਾਂਦੇ ਆ, ਇਕੱਠੂ ਤਾਂ ਇਹਨਾਂ ਦੇ ਮਗਰ ਹੁੰਦਾ ਨਹੀਂ ਹੈ, ਖੇਡਾਂ ਹੁੰਦੀਆਂ ਟੂਰਨਾਮੈਂਟ, ਉੱਥੇ ਜਾਂਦੇ ਆ, ਉਹਦਾ ਫਾਇਦਾ ਉਠਾਉਂਦੇ ਆ ਇਕੱਠ ਦਾ। ਉੱਥੇ ਪਤਾ ਕੀ ਕਰਦਾ ਇਹ ਰਟ ਇਹ ਲਾਉਂਦੇ ਆ ਨਵੀਂ ਪੀੜ੍ਹੀ ਨੂੰ, ਗੇਮਾਂ ਨਾਲ ਖੇਡਾਂ ਵੱਲ ਪ੍ਰੇਰੋ, ਜਿਹਦੇ ਨਾਲ ਬੱਚੇ ਦਾ ਸਰੀਰ ਤੰਦਰੁਸਤ ਰਹੇ, ਰਿਸ਼ਟ ਪੁਸ਼ਟ ਰਹੇ, ਹੈਂ, ਨਸ਼ਿਆਂ ਤੋਂ ਬਚੇ। ਪਰ ਇਹਨਾਂ ਨੂੰ ਪੁੱਛੇ ਜਿਹੜੇ ਉਪਦੇਸ਼ ਦੇਣ ਵਾਲੇ ਆ, ਇਹਨਾਂ ਨੇ ਨਸ਼ਾ ਵੰਡਿਆ ਕਿਹਨਾਂ ਨੇ, ਕਿਹਨੇ ਨਹੀਂ, ਕਿਹੜੀ ਪਾਰਟੀ ਨੇ ਵੰਡਿਆ ਵੋਟਾਂ? ਇਹ ਤਾਂ ਬੋਲਣ ਜੋਗੇ ਨਹੀਂ ਹੈ। ਇਹ ਤਾਂ ਉਹ ਗੱਲ ਆ, ਕਹਿੰਦੇ ਦੀਵੇ ਦੇ ਆਪਦੇ ਥੱਲੇ ਹਨੇਰਾ ਹੁੰਦਾ, ਲੋਕਾਂ ਨੂੰ ਚਾਨਣ ਦੇਈ ਜਾਂਦਾ। ਇਹ ਟੱਕਰ ਦਾ ਮੁਕਾਬਲਾ ਤਾਂ ਇਹ ਆਪਣੇ ਤੱਕੜੀ ਦਾ ਅਤੇ ਆਪਣੇ ਪੰਜੇ ਦਾ ਵਾ, ਤੱਕੜੀ ਦੇ ਪੰਜੇ ਦਾ। ਹਾਂ ਬਈ, ਉਹ ਆਪਣੇ ਚੰਨੀ ਹੁਣੀ ਕਹਿੰਦੇ ਵੀ ਇੱਥੇ ਜਿੱਤੇ ਪਏ ਆ, ਕਹਿੰਦੇ ਇਸ ਟਾਈਮ ਝਾੜੂ ਬਣ ਰਿਹਾ ਬਾਈ। ਕਿਉਂ ਝਾੜੂ ਨੂੰ ਵੋਟ ਕਰ ਰਹੇ ਹੋ? ਉਹ ਕਿਹੜੀ ਲੜਕੀ ਆ, ਬਹੁਤ ਵਧੀਆ ਲਾ ਮਾਣੂ ਕੇ, ਹਾਂ, ਸਭ ਦੇ ਦੁੱਖ ਤਕਲੀਫ 'ਚ ਵੀ ਜਾ ਕੇ ਖੜਦੀ। ਪਿਛਲੇ 5 ਸਾਲ ਤੁਹਾਡੇ ਇੱਧਰ MLA ਰਹੀ, ਗਏ ਸੀਗੇ? ਹਾਂਜੀ, ਬਹੁਤ ਸਾਡੇ ਗੇੜੇ ਦਿੰਦੇ ਆ, ਕਿਤੇ ਵੀ ਢਿੱਲ ਮੱਠ ਹੋਵੇ, ਕੋਈ ਦੁੱਖ ਤਕਲੀਫ ਹੋਵੇ, ਹਰ ਦੁੱਖ ਤਕਲੀਫ 'ਚ ਖੜਦੀ ਆ ਜਾ ਕੇ। ਪਰ ਉਹਦੀ ਸਰਕਾਰ ਨਹੀਂ ਹੈਗੀ ਸੀ, ਉਹ ਕੁਛ ਉਹਨਾਂ ਨੇ ਸਰਕਾਰ ਨੇ ਇਹਨੂੰ ਨਹੀਂ ਦਿੱਤਾ, ਉਹ ਨਹੀਂ ਬਣਾ ਸਕੀ, ਪਰ ਬਹੁਤ ਵਧੀਆ। ਨਹੀਂ ਵਿਰੋਧੀ ਧਿਰ ਦਾ ਰੋਲ ਕਿਵੇਂ ਦਾ ਰਿਹਾ? ਆਮ ਆਦਮੀ ਪਾਰਟੀ ਦਾ ਠੀਕ ਰੋਲ ਰਿਹਾ, ਧਰਨੇ ਲਾਏ ਉਹਨਾਂ ਨੇ, ਖਿਲਾਫਤ ਕੀਤੀ? ਹਾਂਜੀ ਕੀਤੀ ਹੈ, ਧਰਨੇ ਵੀ ਲਾਇਆ, ਸਭ ਕੁਝ ਕੀਤਾ। ਸਾਡੇ ਹੁਣ ਮੇਸੀ ਆ, ਕਾਂਗਰਸੀ MC ਆ, ਜਾ ਕੇ ਦੇਖੋ ਸਾਡਾ ਐਡਾ ਪਾਣੀ ਖੜਦਾ ਸੀ, ਉਹਨਾਂ ਦੇ ਵਿੱਚ ਦੀ ਪੰਜਾਬੇ ਲੰਘ ਕੇ ਜਾਂਦੇ ਆ, ਠੀਕ ਆ, ਗੰਦ ਇੰਨਾ ਮੁਸ਼ਕ ਮਾਰਦਾ ਉੱਥੇ। ਆਹ ਹੁਣ ਤਾਂ ਇਹ ਕਹਿੰਦੇ ਅਸੀਂ ਪੰਜਾਬ ਬਚਾ ਲਓ, ਕਾਂਗਰਸੀ ਕਹਿੰਦੇ ਆ, 5 ਸਾਲ ਦੇ ਉਹ ਕਿੱਥੇ ਆ ਪੰਜਾਬ ਬਚਾਉਣ ਵਾਲੇ? ਐਡਾ ਗੰਦ ਆ ਵੀਰੇ, ਜਾ ਕੇ ਦੇਖ ਲਓ ਗਾਂਧੀ ਨਗਰ ਮੁਹੱਲੇ 'ਚ, ਸਾਰੇ ਆਮ ਚਿੱਟਾ ਵਿਕਦਾ, ਸਾਰੇ ਆਮ ਵਿਕਿਆ ਪਹਿਲਾਂ, ਹੁਣ ਮਾੜਾ ਜਿਹਾ ਕੰਟਰੋਲ ਹੋਇਆ ਵੋਟਾਂ ਕਰਕੇ, ਸਾਰੇ ਆਮ ਘਰ ਘਰ ਚਿੱਟਾ ਵਿਕਿਆ। 6 ਗਰਾਂ ਕਾਂਗਰਸ ਆ ਗਈ, 5 ਗਰਾਂ ਅਕਾਲੀ ਆਏ ਆ, ਸਿਰਫ ਕੰਮ ਹੀ ਬਦਲਿਆ। ਜਿਹੜੀ ਅੱਜ ਤੋਂ 10 ਸਾਲ ਸਰਕਾਰ ਰਹੀ ਆ, ਮਜੀਠੀਏ ਨੇ ਚਿੱਟਾ ਵਾੜਿਆ, ਇਹਨੇ ਵਾੜਿਆ ਪੰਜਾਬ ਦਾ ਬੇੜਾ ਕਰਕੇ ਇਹਨੇ ਕਰਿਆ, ਹੁਣ ਤਾਂ ਕਹੀ ਜਾਂਦੇ ਨਸ਼ਾ ਹੈ ਨਹੀਂ, ਨਸ਼ਾ ਹੈ ਨਹੀਂ। ਅਸੀਂ ਕਹਿਣੇ ਲੈ, ਸਾਨੂੰ 1.5 ਮਹੀਨਾ ਅਸੀਂ ਬੰਦ ਕਰਕੇ ਦਿੰਦੇ ਹਾਂ, ਅਸੀਂ ਕਹਿੰਦੇ ਲਿਖ ਕੇ ਦਾਅਵਾ ਕਰਕੇ ਦੇਵਾਂਗੇ, ਜੇ ਨਾ ਹੋਵੇ ਤੁਸੀਂ ਸਾਨੂੰ ਨੀਵੇਂ ਤੋਂ। ਅਕਾਲੀ ਦਲ ਕਿਉਂ, ਅਕਾਲੀ ਦਲ ਨੂੰ ਵੋਟ ਕਰ ਰਹੇ? ਵਧੀਆ ਕੰਮ ਕਰਦੇ ਆ। ਕਿਸ ਤਰ੍ਹਾਂ ਦੇ ਕੰਮ? ਜਿਹੜੇ ਮਰਜ਼ੀ ਹੋਵੇ। ਹਾਂਜੀ, ਇਹ ਕਰ। ਕਿਉਂ ਅਕਾਲੀ ਦਲ ਨੂੰ ਵੋਟ? ਉਹ ਸਾਨੂੰ ਜਿਹੜੀ ਲੋੜ ਹੁੰਦੀ ਹੈ ਅਗਲੇ ਕਰ ਦਿੰਦੇ ਕੰਮ। ਪਿਛਲੀ ਵਾਰੀ ਸਾਡੇ ਆਮ ਆਦਮੀ ਪਾਰਟੀ ਦੇ ਜਿਹੜੇ ਬਣੇ ਸੀਗੇ MLA, ਠੀਕ ਹੈ ਨਾ ਜੀ,
उन्होंने लोग थोड़े जिहे नाराज़ आ पर पार्टी के मगर है पार्टी के मगर है वह पार्टी नूं वोट पऊगी। विधानसभा हलका जगराओं विच एक बार मुड़ आम आदमी पार्टी का दबदबा बरकरार है। पिछलिया विधानसभा चोणां विच जगराओं की सीट ते कब्जा करन वाली आप नूं 58% लोगों ने मुड़ समर्थन देन दा जिक्र किया है। आप दी सिटिंग MLA सरबजीत कौर माणूके सने भगवंत मान अहम फैक्टर जाप रहे ने ते कई लोग बदलाव की भी गल करते हुए नजर आए, जबकि अकाली दल नूं 16% लोगों की हिमायत मिलती ही जाप रही है। कांग्रेस 11% नाल तीजे स्थान ते खिसक रही है। भाजपा नूं सिर्फ 6% लोग ही पसंद कर रहे ने, पर खास गल ए वी है कि 9% अजिहे भी लोग ने जो किसी भी पार्टी के हक में जाते दिखाई नहीं दे रहे, जां फिर ये कह लो कि साइलेंट वोटर ने जो किसी भी समय किसी भी पार्टी के हक में भुगत के चोणां दीआं गिनतियां मिनतियां विगाड़ सकते ने। इस संविधान सभा हलका जगराओं के लोगों के रुझान अगले हलके का सर्वेखन लैके फिर मिलांगे। देखते रहो चंदे TV।